ਇਤਿਹਾਸਕ ਨਗਰ ਸ਼੍ਰੀ ਖਡੂਰ ਸਾਹਿਬ ਦੀਆਂ ਸੜਕਾਂ ਰਾਗੀਰਾਂ ਲਈ ਭਾਰੀ ਮੁਸ਼ਕਲ ਦਾ ਕਾਰਨ ਬਣੀਆਂ ਹੋਈਆਂ ਨੇ, ਜਿਨ੍ਹਾਂ 'ਚ ਵੱਡੇ ਵੱਡੇ ਟੋਏ ਪੈ ਗਏ ਨੇ ਤੇ ਸੜਕਾਂ ਦੀ ਬਜਰੀ ਤੱਕ ਵੀ ਬਾਹਰ ਆ ਗਈ ਹੈ। ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਇਹ ਸਮੱਸਿਆ ਕਈ ਸਾਲਾਂ ਦੀ ਹੈ, ਪਰ ਵਾਰ ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਸਾਰ ਹੀ ਨਹੀਂ ਲੈ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਹੈ। ਸਰਕਾਰ ਅਖਬਾਰਾਂ ਵਿੱਚ, ਟੀਵੀ ਚੈਨਲਾਂ ਵਿੱਚ ਦਮਗੱਜੇ ਮਾਰ ਰਹੀ ਆ ਕਿ ਅਸੀਂ ਇਹਨੂੰ ਇਸ ਪਵਿੱਤਰ ਦਿਹਾੜੇ ਦੇ ਮਤਲਬ ਜਿਹੜੇ ਆ ਇਤਿਹਾਸਕ ਨਗਰ ਆ ਇਹਨਾਂ ਨੂੰ ਬਹੁਤ ਵਧੀਆ ਮਤਲਬ ਸ਼ਾਨ ਨਾਲ ਬਣਾਉਣਾ, ਪਰ ਲਗਭਗ 2 ਮਹੀਨੇ ਬਾਕੀ ਰਹਿ ਗਏ ਆ ਦਿਹਾੜਾ ਆਉਣ ਦੇ ਵਿੱਚ, ਪਰ ਸਰਕਾਰ ਦਾ ਇਹਨਾਂ ਸੜਕਾਂ ਵੱਲ ਕੋਈ ਧਿਆਨ ਨਹੀਂ। ਖੂਹ ਜਿਹੜੇ ਜਿਹੜੇ ਟੋਏ ਪਏ ਆ, ਰਾਹਗੀਰਾਂ ਨੂੰ ਲੰਘਣ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ, ਜਦੋਂ ਮੀਂਹ ਪੈ ਜਾਂਦਾ ਵਾ ਤਾਂ ਲੰਘਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਵਾ। ਇਲਾਕਾ ਵਾਸੀਆਂ ਨੇ ਆਪਣੇ ਇਲਾਕੇ ਦੇ ਸਿਆਸਤਦਾਨਾਂ ਖਿਲਾਫ਼ ਵੀ ਭੜਾਸ ਕੱਢੀ, ਜਿਨ੍ਹਾਂ ਦਾ ਕਹਿਣਾ ਸੀ ਕਿ 550ਵਾਂ ਗੁਰਪੁਰਬ ਵੀ ਨੇੜੇ ਆ ਰਿਹਾ, ਪਰ ਉਸਦੇ ਮੱਦੇਨਜ਼ਰ ਵੀ ਇਹਨਾਂ ਸੜਕਾਂ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਇੱਥੋਂ ਤੱਕ MLA ਸਾਹਿਬ ਨੇ ਤਾਂ ਵੋਟਾਂ ਲੈਣ ਮਗਰੋਂ ਇੱਥੇ ਆਉਣਾ ਵੀ ਜ਼ਰੂਰੀ ਨਹੀਂ ਸਮਝਿਆ। ਅਜੇ ਤੱਕ ਤਾਂ ਕੋਈ ਨਹੀਂ ਲੱਗਦਾ ਵੀ ਕੋਈ ਪੈਸਾ ਵੀ ਲੱਗਾ ਦੇ, 1-2 ਪਾਰਕਾਂ ਤੋਂ ਇਲਾਵਾ ਅਜੇ ਸੜਕਾਂ ਦਾ ਹਾਲ ਵੇਖ ਲਓ, ਮਤਲਬ ਕੋਈ ਧਿਆਨ ਹੀ ਨਹੀਂ। ਮੇਲਾ ਬਿਲਕੁਲ ਲਾਗੇ ਆ ਗਿਆ, ਇਤਿਹਾਸਕ ਨਗਰ ਹੋਣ ਦਾ ਮਾਣ ਵੀ ਹਾਸਲ ਹੈ, ਪਰ ਇਹਨੇ ਇਤਿਹਾਸਕ ਨਗਰ ਨੂੰ ਪ੍ਰਸ਼ਾਸਨ ਤੇ ਸਿਆਸਤਦਾਨਾਂ ਵੱਲੋਂ ਲਗਾਤਾਰ ਅੱਖੋਂ ਪਰੋਖੇ ਕੀਤਾ ਜਾ ਰਿਹਾ, ਜਿਸ ਕਾਰਨ ਇਸ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।